ਲੱਗਿਆ ਆਪਣਾ ਕੈਨੇਡਾ ਵਾਲੇ ਹੋ ਗਏ ਹੁਣ ਬਸ ਤੇ ਨਹੀਂ ਰੁਪਏ ਦੇਵਾਂਗੇ ਤੁਹਾਨੂੰ 20,000 ਮਹੀਨਾ ਦੇ ਬੋਲਿੰਗ ਤੇ ਦੇਖ ਲਈ ਬੈਟਿੰਗ ਵੀ ਦੇਖ ਲੈਂਦੇ ਆ ਧੋਣ ਸਿਰ ਦਾ ਨਾ ਚੋਕਾ ਮੋਢਿਆ ਸਿਰ ਚੋਕ ਨੂੰ ਹਾਂਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦੇ ਵਿੱਚ ਜਿਹਨਾਂ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਗਨ ਲਾਲੀ ਵਲੌਗਸ ਅਫੀਸ਼ੀਅਲ ਯੂਟਿਊਬ ਚੈਨਲ ਸੋ ਬਾਬਿਓ ਤੁਹਾਡਾ ਸਵਾਗਤ ਕਰਦੇ ਹਾਂ ਆਪਾਂ ਆਪਣੇ ਵਲੌਗ ਦੇ ਵਿੱਚ ਹੋਰ ਸੁਣਾਓ ਸਾਰੇ ਜਣੇ ਠੀਕ ਠਾਕ ਹੋ ਸੋ ਇਹ ਵਲੌਗ ਹੈਗਾ ਆਪਣੇ ਸਾਲ ਦਾ ਸਭ ਤੋਂ ਲਾਸਟ ਵਲੌਗ 2023 ਦਾ ਅਖੀਰਲਾ ਵਲੌਗ ਆ ਇਸ ਤੋਂ ਬਾਅਦ ਕੋਈ ਵੀ ਵਲੌਗ ਨਹੀਂ ਆਊਗਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸ਼ਹੀਦੀ ਦਿਨਾਂ 'ਚ ਆਪਾਂ ਵਲੌਗਿੰਗ ਬੰਦ ਕਰ ਦੇਈਦੀ ਹੈ ਪਿਛਲੇ 4 ਸਾਲਾਂ ਤੋਂ ਸੋ ਇਸ ਵਾਰ ਆਪਾਂ ਲਾਸਟ ਵਲੌਗ ਪਾਉਣਾ 16 ਤਰੀਕ ਨੂੰ ਉਸ ਤੋਂ ਬਾਅਦ ਵਲੌਗਿੰਗ ਨਹੀਂ ਕਰਨੀ ਉਸ ਤੋਂ ਬਾਅਦ ਵਲੌਗ ਆਊਗਾ ਸਿੱਧਾ ਨਵੇਂ ਸਾਲ ਤੋਂ ਬਾਅਦ 'ਚੋਂ ਹੀ 2 ਤਰੀਕ ਨੂੰ 3 ਨੂੰ ਜਾਂ 4 ਨੂੰ ਜਦੋਂ ਵੀ ਆਪਾਂ ਬਣਾਵਾਂਗੇ ਸੋ ਵਧੀਆ ਵਲੌਗ ਬਣਾ ਕੇ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਫਨੀ ਕੰਟੈਂਟ ਬਣਾਵਾਂਗੇ ਤੁਹਾਨੂੰ ਖੁਸ਼ ਕਰਾਂਗੇ ਇੰਟਰਟੇਨਮੈਂਟ ਕਰਾਂਗੇ ਤੁਹਾਡਾ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤੀਆਂ ਬਹੁਤੀਆਂ ਮੁਬਾਰਕਾਂ ਐਡਵਾਂਸ ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਆਪਾਂ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਰਹਿਣਾ ਕੋਈ ਅਪਡੇਟ ਨਹੀਂ ਦੇਣੀ ਵਲੌਗ ਵਾਲੀ ਸੋ ਸਾਰੇ ਜਣਿਆਂ ਨੂੰ ਐਡਵਾਂਸ 'ਚ ਨਵੇਂ ਸਾਲ ਦੀਆਂ ਮੁਬਾਰਕਾਂ ਮਾਲਕ ਕਰੇ ਤੁਹਾਡਾ ਨਵਾਂ ਸਾਲ ਬਹੁਤ ਹੀ ਵਧੀਆ ਰਹੇ 2023 'ਚ ਤੁਹਾਨੂੰ ਜੋ ਵੀ ਦੁੱਖ ਸੁੱਖ ਆਏ ਨੇ ਹੋਪ ਇਹੀ ਕਰਦੇ ਹਾਂ ਕਿ 2024 ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਰਹੇ ਤੁਹਾਡੇ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਅਤੇ ਸ਼ਹੀਦੀ ਦੇਣ ਆਉਣ ਵਾਲੇ ਆ ਸੋ ਮੈਂ ਤੁਹਾਨੂੰ ਬਸ ਇਹੀ ਮੈਸੇਜ ਦਊਂਗਾ ਕਿ ਅਸੀਂ ਆਪ ਹੁਣ 2-2-3-3 ਦਿਨਾਂ ਬਾਅਦ ਸ਼ਹੀਦਾਂ ਸਾਹਿਬ ਜਾਣਾ ਅੰਮ੍ਰਿਤਸਰ ਚੁਪਹਿਰਾ ਕੱਟਣ ਤੁਸੀਂ ਸਾਰੇ ਜਣੇ ਵੀ ਜ਼ਰੂਰ ਜਾਇਓ ਸ਼ਹੀਦੀ ਦਿਨਾਂ ਦੇ ਵਿੱਚ ਚੁਪਹਿਰਾ ਕੱਟ ਕੇ ਆਇਓ ਭਾਵੇਂ ਸਵੇਰੇ ਜਾਇਓ ਭਾਵੇਂ ਸ਼ਾਮੀ ਜਾਇਓ ਭਾਵੇਂ ਕਿਸੇ ਵੀ ਦਿਨ ਜਾਇਓ ਪਰ ਜਾਇਓ ਜ਼ਰੂਰ ਤੁਹਾਨੂੰ ਬਹੁਤ ਵਧੀਆ ਫੀਲ ਹੋਊਗਾ ਸਕੂਨ ਮਿਲੂਗਾ ਤੁਹਾਡੇ ਰੁਕੇ ਕੰਮ ਬਣਨਗੇ ਸੋ ਸਾਰੇ ਜਣੇ ਜ਼ਰੂਰ ਚੁਪਹਿਰਾ ਕੱਟਣ ਜਾਇਓ ਅਸੀਂ ਆਪ ਹੁਣ ਅੱਗੇ ਆਪਾਂ ਜਾਈਦਾ ਸੀ ਬੁੱਧਵਾਰ ਦੀ ਬੁੱਧਵਾਰ ਹੁਣ ਆਪਾਂ ਜਾਵਾਂਗੇ 2-2-3-3 ਦਿਨਾਂ ਬਾਅਦ ਸਾਰੇ ਸ਼ਹੀਦੀ ਦਿਨ ਨਿਊ ਈਅਰ ਤੱਕ ਅਤੇ ਤੁਸੀਂ ਸਾਰੇ ਜਣੇ ਵੀ ਜ਼ਰੂਰ ਜਾਇਓ ਇੰਨਾ ਕੁ ਇੱਕ ਛੋਟਾ ਜਿਹਾ ਮੈਸੇਜ ਆ ਨਹੀਂ ਜਾ ਸਕਦੇ ਜਿਹੜੇ ਆਪਣੇ ਵੀਰ ਆਪਣੀਆਂ ਭੈਣਾਂ ਬਾਹਰਲੇ ਮੁਲਕਾਂ 'ਚ ਬੈਠੀਆਂ ਨੇ ਬੈਠੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਕਿਤੇ ਵੀ ਬੈਠੇ ਆ ਉਹ ਜ਼ਰੂਰ ਸ਼ਹੀਦੀ ਦਿਨਾਂ 'ਚ ਚੁਪਹਿਰਾ ਕੱਟਿਓ ਤੁਹਾਨੂੰ ਬਹੁਤ ਸਕੂਨ ਮਿਲੂਗਾ ਪਾਠ ਕਰਿਓ ਅਤੇ ਬਸ ਇਹੀ ਤੁਹਾਡੇ ਭਰਾ ਦੀ ਇੱਕ ਰਿਕੁਐਸਟ ਕਹਿ ਲਓ ਬੇਨਤੀ ਕਹਿ ਲਓ ਪਿਆਰ ਕਹਿ ਲਓ ਜੋ ਮਰਜ਼ੀ ਕਹਿ ਲਓ ਬਸ ਬਾਕੀ ਜਾਂ ਵਲੌਗ ਦੇਖੋ ਤੁਹਾਨੂੰ ਵਧੀਆ ਲੱਗੂਗਾ ਅਤੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਲੱਗਿਆ ਸੋ ਦੇਖੋ ਵਲੌਗ ਮਿਲਦੇ ਹਾਂ ਨਵੇਂ ਸਾਲ 'ਤੇ ਹੈਪੀ ਨਿਊ ਈਅਰ ਹੈਪੀ ਗੁਰਪੁਰਬ ਬਾਏ ਬਾਏ ਨਹੀਂ ਸੱਚ ਵਲੌਗ ਦੇਖੋ ਬਾਏ ਬਾਏ ਲਾਸਟ 'ਚ ਕਰਤੀ ਆ ਦੇਖੋ ਵਲੌਗ ਹਾਂਜੀ ਤਾਂ ਬਾਬਿਓ ਕੀ ਹਾਲ ਚਾਲ ਸਾਰੇ ਜਣੇ ਠੀਕ ਠਾਕ ਹੋ ਲਓ ਵੀ ਪਾਪਾ ਤੁਹਾਨੂੰ ਪਤਾ ਸੀ ਦਿੱਲੀ ਗਏ ਸੀਗੇ ਅਤੇ ਮੰਮਾ ਨੂੰ ਤਾਂ ਆਪਾਂ ਸਰਪ੍ਰਾਈਜ਼ ਦੇ ਦਿੱਤਾ ਸੀ ਉਹਨਾਂ ਨੂੰ ਤਾਂ ਆਪਾਂ ਦੱਸਤਾ ਸੀਗਾ ਵੀਜ਼ੇ ਦਾ ਠੀਕ ਆ ਪਾਪਾ ਨੂੰ ਹਜੇ ਤੱਕ ਨਹੀਂ ਪਤਾ ਕਿਉਂ ਆਏ ਕੱਲ੍ਹ ਮੰਮਾ ਨੂੰ ਦੱਸਿਆ ਸੀ ਅੱਜ ਪਾਪਾ ਵੀ ਆ ਗਏ ਆ ਠੀਕ ਆ ਤਾਂ ਅੱਜ ਅਤੇ ਉੱਤੋਂ ਫੁੱਫੜ ਜੀ ਹੋਣੀ ਵੀ ਆਏ ਹੋਏ ਆ ਦੁਬਾਰਾ ਵਾਪਸ ਚੱਲ ਜਾਣਾ ਵਾ ਅਤੇ ਉਹ ਫਿਰ ਮਿਲਣ ਆਏ ਸੀਗੇ ਤਾਂ ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਉੱਧਰ ਹੀ ਆਇਓ ਜਿੱਦਣ ਪਾਪਾ ਆਊਗੇ ਅਤੇ ਫਿਰ ਨਾਲ ਹੀ ਆਪਾਂ ਤੁਹਾਡੇ ਸਾਹਮਣੇ ਸਰਪ੍ਰਾਈਜ਼ ਦੇਵਾਂਗੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਇਹਨਾਂ ਦਾ ਵੀਜ਼ਾ ਆ ਗਿਆ ਵਾ ਠੀਕ ਆ ਭੁਈ ਨੂੰ ਸ਼ਾਇਦ ਪਤਾ ਫੁੱਫੜ ਜੀ ਉਹਨਾਂ ਨੂੰ ਨਹੀਂ ਪਤਾ ਭੁਈ ਨੂੰ ਮੈਂ ਦੱਸਤਾ ਸੀ ਪਹਿਲਾਂ ਜਦੋਂ ਮੈਂ ਬਟਾਲੇ ਗਿਆ ਸੀ ਅਤੇ ਹੁਣ ਜਾਂਦੇ ਉੱਧਰ ਪਾਸਪੋਰਟ ਮੈਂ ਫਿਰ ਕੱਢ ਲਏ ਆ ਹਰੇ ਜਿਹੇ ਪੈਕਟ ਆ ਨਾ ਸਾਡੇ ਪਤਾ ਨਹੀਂ ਕਦੋਂ ਆਉਣੇ ਆ ਵਾਲੇ ਪੈਕਟ ਪਰ ਉਹ ਆ ਜਾਣਗੇ ਆ ਜਾਣਗੇ ਐਡੀ ਦੂਰ ਨਹੀਂ ਆ ਜਾਣਗੇ ਦੋ ਵੀਜ਼ੇ ਆਉਣ ਦਾ ਵੇ ਹਜੇ
ਤੇ ਦੱਸਾਂਗੇ ਜਦੋਂ ਜੇ ਲੱਗ ਗਏ ਤਾਂ ਠੀਕ ਆ, ਜੇ ਮੇਰਾ ਤਾਂ ਇੱਕ ਵਾਰੀ ਲੱਗਾ ਨਹੀਂ, ਨੈਕਸਟ ਟਰਾਈ ਮਾਰਾਂਗੇ ਫਿਰ ਭਾਵੇਂ ਲੱਗ ਜਾਵੇ। ਅਤੇ ਰਾਜੂ ਦਾ ਅਪਲਾਈ ਕਰਨਾ ਆਪਾਂ ਹੁਣ, ਠੀਕ ਆ, ਕਿਉਂਕਿ ਉਹਦੇ ਬੈਂਡ ਆ ਗਏ ਆ, 6.5 ਬੈਂਡ ਲੈ ਗਈ ਕੁੜੀ ਸਾਡੀ, 6.5 6.5 6.5। ਅਤੇ ਹੁਣ ਬਸ ਪਾਪਾ ਨੂੰ ਸਰਪ੍ਰਾਈਜ਼ ਦੇਈਏ, ਠੀਕ ਆ, ਚੱਲੀਏ ਪਾਸਪੋਰਟ ਲੈ ਕੇ। ਫਿਲਮ ਚੱਲਣ ਡੀ ਹੈ, ਬੰਦ ਕਰਿਓ ਬੰਦ ਕਰਿਓ ਬੰਦ ਕਰਿਓ ਬੰਦ ਕਰਿਓ ਬੰਦ ਹੋਲੀ ਕਰ ਦੋ ਕਰ ਦੋ ਬੰਦ ਬੰਦ ਤਾਂ ਕਰੋ, ਕਾਪੀਰਾਈਟ ਆਏ ਨਾ ਛੇਤੀ ਕਰ ਦੋ। ਉਧਰ ਹੋਵੋ ਮੰਮਾ ਲੱਗ ਗਿਆ, ਤੈਨੂੰ ਡਰ ਲੱਗਦਾ ਵਾ ਯਾਰ, ਤੁਸੀਂ ਇੱਧਰ ਹੋ ਜਾਓ ਆਂਟੀ, ਕਰੀ ਜਾਂਦੇ ਯਾਰ ਲੈ ਪਾਪਾ ਕੀ ਕਰਨੇ ਤੁਸੀਂ, 20,000 ਰੁਪਇਆ ਦੇਵਾਂਗੇ ਤੁਹਾਨੂੰ, 5 ਤੁਹਾਨੂੰ ਵੀ ਤੈਨੂੰ ਪਤਾ ਲੱਗ ਜਾਣਾ ਤੂੰ ਦੇ ਛੇਤੀ, ਨਹੀਂ ਲੱਗਦਾ ਪਤਾ ਕੀ ਆ, ਦੇਖ ਲਿਆ ਭਾਈ ਕੀ ਕਰਨੇ ਲੈ, ਉਹ ਯਾਰ ਤੂੰ ਤੇ ਆਪ ਹੀ ਬਦਲ ਹੋ ਗਿਆ ਵਾ ਲੰਬਾ, ਤੁਸੀਂ ਆਪਣੀ ਪੜ੍ਹ ਲੋ, ਐਡੀ ਵੱਖਰੀ ਵੱਖਰੀ ਲੱਗਣ ਡੀ, ਪੜ੍ਹ ਲੋ ਪੜ੍ਹੀ ਆ ਠੀਕ ਆ, ਪਹਿਲੀ ਲਾਈਨ ਚ ਪਤਾ ਲੱਗ ਜਾਣਾ ਵਾ ਡਿਪਲੋਮੇ ਕੀਤੇ ਆ, ਆ ਬੜੋ ਸਾਡੇ ਵਾਸਤੇ ਸਰਪ੍ਰਾਈਜ਼ ਗਿਫਟ, ਆਪਣੇ ਹੱਥਾਂ ਨਾਲ ਖੋਲੋ ਇੱਕ ਫੁੱਫੜੀ ਹੁੰਦੇ ਨਾ ਦੂਜਾ ਰੱਖਾ ਦੇਖੋ ਤੁਸੀਂ ਵੀ ਤੂੰ ਵੀ ਵਧਾਈਆਂ ਦੇ ਲੰਮੇ ਪਿਆ ਮੈਂ ਕੈਨੇਡਾ ਵਾਲੇ ਹੋ ਗਏ ਹੁਣ ਬੀਬੀ, ਸਹੀ ਗੱਲ ਬੀਬੀ, ਏਦਾਂ ਨੀ ਬਣਦੇ ਠੀਕ ਹੈ ਕਿ ਕੈਨੇਡਾ ਵਾਲੇ
ਅਸੀਂ ਲਾਭ ਲਿਆ ਕਰਾਂ ਕੁੰਡੀ ਪਾ ਕੇ ਜਾ ਇੱਕ ਵਾਰ ਲੈਣ ਹੁੰਦਾ ਉੱਥੇ ਹੁਣ 20,000 ਕੈਂਸਲ ਹੁਣ 20,000 ਦੀ ਲੋੜ ਨੀ ਨਾ ਪਾਸਪੋਰਟ ਆ ਕੇ ਵੀਜ਼ਾ ਲੱਗ ਗਿਆ 20,000 ਕੈਂਸਲ ਚਲੋ ਨਹੀਂ ਲੈਂਦੇ ਯਾਰ 20,000 ਨੀ ਅੰਕਲ ਮੰਗਦੇ ਹੁਣ ਨਹੀਂ ਤੁਹਾਡੇ ਕੋਲ ਨਾ ਮੈਂ ਮੰਗੂਗਾ ਨਾ ਤੁਸੀਂ ਇੱਕ ਆ ਵੀ ਹੈਗਾ ਫਿਰ ਕਰਨਾ ਵਾ ਕਰਨ ਲੱਗੇ ਆ ਕੋਠੇ ਚੱਲਿਆ ਦੂਰ ਚਲਾਉਂਦੇ ਗ੍ਰਿਲ ਚਲੋ ਫਿਰ ਕਰ ਲਾ ਓਏ 2,000 ਚ ਸਰ ਜਾਣਾ ਫਿਰ ਤੇ ਲੱਗ ਜੂਗਾ ਛੇਤੀ ਲੱਗ ਜੂਗਾ ਹੁਣ ਹੁਣ ਇੱਕ ਦੇ ਭਾਗ ਹੌਲੀ ਹੌਲੀ ਭਾਗ ਖੁੱਲੇ ਹੁੰਦੇ ਆ ਲਾ ਲਾ ਕੇ ਦੇਖਣ ਦੇ ਜੁੜੇ ਹੱਥ ਮੇਰਾ ਨਾਮ ਨਾ ਲੇਬਰ ਵਿੱਚ ਆਂਟੀ ਮੇਰੀ ਇਹ ਚ ਕੋਈ ਹੈ ਨੀ ਭਾਗੀਦਾਰੀ ਇੰਨੀ ਨੀ ਪਰਵਾਹ ਕਰਦੇ ਜੱਟ ਮਾੜੇ ਮੋਟੇ ਤੂੰ ਇੱਕੋ ਸਾਈਡ ਤੇ ਲੱਗਾ ਕੀ ਗੱਲ ਬੇਟਾ ਕੋਈ ਗੱਲ ਨੀ ਸੂਨ ਐਜ਼ ਪੋਸੀਬਲ ਇੱਥੇ ਕੱਢ ਲੈਣਾ ਤੈਨੂੰ ਬਾਹਰ ਆਪਾਂ ਸੂਨ ਐਜ਼ ਪੋਸੀਬਲ ਮੈਂ ਇਹਨੂੰ ਕਿਹਾ ਮੈਂ ਕਿਹਾ ਜਦੋਂ ਮੈਂ ਵੱਡਾ ਹੋ ਜਾਣਾ ਵਾ ਠੀਕ ਹੈ ਨਿਆਣੇ ਹੋ ਜਾਣੇ
ਮੈਂ ਬਾਹਰੋਂ ਭਾਜੀ ਹੋਣਾ ਕੋਲ ਚੌਂਕ ਚੋ ਕੇ ਆਇਆ ਕਰਨਾ, ਉਹਨੇ ਮੈਨੂੰ ਫੋਨ ਕਰਨਾ ਕਹਿੰਦਾ ਯਾਰ ਅੱਜ ਉਹ ਰੋਈ ਜਾਣਾ, ਉਹ ਕਹਿੰਦੀ ਤੁਹਾਡੇ ਨਾਲ ਘੁੰਮਣ ਜਾਣਾ। ਮੈਂ ਕਿਹਾ ਚਲੋ, ਮੈਂ ਦਰਵਾਜ਼ਾ ਖੋਲਿਆ ਕਰਨਾ, ਉਹ ਰੋਣ ਡਿਆ ਹੋਣਾ, ਮੈਂ ਕਹਿੰਦਾ ਉਹ ਪਾਪਾ ਉਹ ਕੀ ਆਪਣੇ ਆਪ ਹੀ ਮੇਰੇ ਵੀਜ਼ੇ ਲੱਗਣ ਦੀ ਖੁਸ਼ੀ ਚ ਮੈਂ ਸਾਰਿਆਂ ਨੂੰ ਪਾਰਟੀ ਦੇਣ ਲੱਗਾ ਇਹਨਾਂ ਦੇ ਵੀਜ਼ੇ ਕਰਕੇ, ਤੇ ਦੋਵੇਂ ਕੱਪਾ ਲਾਏ ਆ, ਬੈਠੇ ਆਪਾਂ ਵੀ, ਮੈਂ ਵੀ ਤਿਆਰ ਹੋ ਗਿਆ। ਇਹ ਸਪੈਸ਼ਲ ਦੁਬਈ ਤੋਂ ਪਾਰਟੀ ਕਰਨ ਆਏ ਆ, ਕੈਨੇਡਾ ਦੇ ਵੀਜ਼ੇ ਕਰਕੇ। ਇਹ ਥੋੜਾ ਢਿੱਲਾ ਵਾ, ਅੱਜ ਐਕਟਿਵ ਨਹੀਂ ਲੱਗ ਰਿਹਾ। ਅੱਛਾ, ਆਪਾਂ ਚੱਲੇ ਕਿੱਥੇ ਚੱਲੇ? ਆਪਾਂ ਨਾ ਘਰ ਜਾ ਕੇ ਗੱਲ ਕਰਾਂਗੇ, ਇੱਥੇ ਆਵਾਜ਼ ਨਹੀਂ ਆਉਣ ਡੀ। ਯਾਰ ਪੁਲੀਸ ਸਮਝਾਓ ਤੁਸੀਂ, ਕਹੋ ਘਰ ਜਾ ਕੇ ਗੱਲ ਕਰਦੇ ਫੈਮਿਲੀ ਦੀਆਂ। ਕਹਿੰਦੇ ਆਪਾਂ ਘਰ ਚੱਲਦੇ, ਆਪੇ ਆ ਜਾਓਗੇ ਸਾਰੇ ਜਾਣੇ। ਬਾਕੀ ਮੈਨੂੰ ਕੰਮ ਪੈ ਗਿਆ, ਮੈਂ ਨਾ ਚੱਲਦਾ। ਫਿਰ ਲੁੱਕੇ ਰੀਸ ਕਿੱਥੋਂ ਹੋਣੀ ਪੁੱਗੇ ਪੁੱਤ ਮੇਰੇ ਜਾਓ, ਤੇ ਮੈਨੂੰ ਲੱਗਦਾ ਈ ਅੱਜ ਕੁੜੇ ਬਾਕਾ ਹੋਊਗਾ। ਆ ਫਿਰਦੇ ਆ ਵੱਡੇ ਸੋ ਤੂੰ ਹਿਰਨੀ ਤੇ ਜੱਟ ਸਾਨ ਬਿਲੋ ਦੋਵਾਂ ਦੀ ਵਾਰ। ਗਾਈਸ ਆਪਾਂ ਆ ਗਏ ਆਪਣੇ ਘਰੇ, ਓਵਰ ਕੀਤਾ ਥੋੜਾ ਜਿਹਾ। ਆ ਕਰਨ ਡਿਆ ਮੈਂ ਪਲੇ ਸਟੇਸ਼ਨ ਲਿਆਂਦੀ ਸੀ ਨਾ, ਉਹ ਕਿੱਥੇ ਲਈ ਜਾਣੀ, ਫਿਰ ਮੈਂ ਘਰੋਂ ਲੈ ਕੇ ਆਇਆ ਸਪੈਸ਼ਲ। ਡੇ ਆ ਤਾਰਾ ਜੋੜ ਦੇ ਮੁੰਡੇ ਨੇ, ਕਹਿੰਦੇ ਮਕੈਨ ਕੀ ਕੀਤੀ ਫੁੱਲ ਕੋਰਸ ਕੀਤਾ ਸੀ ਫੁੱਲ ਇਹਨੇ, ਕਿ ਮੈਂ ਇਲੈਕਟ੍ਰੀਸ਼ਨ ਡਿਪਲੋਮਾ ਕੀਤਾ ਸੀ ਕਿ ਮੈਂ ਫੁੱਲ ਇਲੈਕਟ੍ਰੀਸ਼ਨ ਆ, ਤੇ ਡਿਆ ਵੇਖਦੇ ਚਲਾਉਂਦਾ ਕਿ ਨਹੀਂ, ਬਾਕੀ ਤੇ ਡਿਪੈਂਡ ਆ ਹੁਣ। ਬੰਨਣ ਕੀ ਡਿਆ ਵੇਖ ਲਓ, ਸਾਡੇ ਕੋਲ ਹੈ ਨਹੀਂ ਲਫਾਫੇ। ਆ ਜਿਹੜੀ ਵਾਈਫਾਈ ਦੀ ਤਾਰ ਸੀ ਨਾ, ਕਿਉਂਕਿ ਜਿਹੜੀ ਪਲੇ ਸਟੇਸ਼ਨ 5 ਆ ਇਹ ਚੱਲਦੀ ਸਿਰਫ ਡਾਇਰੈਕਟ ਲੈਨ ਨੈੱਟ ਦੇ ਨਾਲ, ਇਹਨੂੰ ਫੁੱਲ ਨੈੱਟ ਚਾਹੀਦਾ ਹੁੰਦਾ। ਤੇ ਫਿਰ ਨਵੀਂ ਆਪਾਂ ਲਿਆਂਦੀ ਸੀ ਲੈਨ ਕੇਬਲ, ਤੇ ਫਿਰ ਮੁੰਡਾ ਕਹਿੰਦਾ ਗੇਮ ਖੇਡਣੀ, ਮੈਂ ਫਿਰ ਘਰੇ, ਮੰਮਾ ਫਿਰ ਕਹਿੰਦੇ ਨਾ ਗੇਮ ਗੂਮ, ਫਿਰ ਮਨ ਲੱਗ ਜਾਂਦਾ, ਮੈਂ ਘਰੇ ਫਿਰ ਪਲੇ ਸਟੇਸ਼ਨ 5 ਵੀ ਖੇਡਦਾ ਵਾਂ। ਫਿਰ ਇਸ ਕਰਕੇ ਘਰੇ ਫਿਰ ਖੇਡੀ ਦੀ ਆ ਨਾ, ਫਿਰ ਮੰਮਾ ਮੁੰਡੇ ਕਰਕੇ ਆਪਾਂ ਸਪੈਸ਼ਲ ਇਹ ਕਰਨ ਲੱਗੇ ਆ, ਤਾਰ ਬਾਹਰੋਂ ਖਿੱਚਣੀ ਪੈਣੀ ਆ। ਠੀਕ ਆ, ਡਿਆ ਵਾ ਕੋਈ ਸਕੀਮ ਲਾਉਣ, ਦੇਖੋ ਹੁਣ ਕੀ ਕਰਦਾ। ਨੱਤੀਆਂ ਵੀ ਪਾ ਲਈਆਂ ਫੁੱਲ ਥੋੜੀਆਂ ਹੀ, ਦੱਸਣ ਦੱਸਣ ਨਹੀਂ ਡਿਆ। ਔਖਾ ਕੰਮ ਹੈ ਵਲੋਗਾਂ ਦਾ ਵੀ, ਮੈਂ ਤਾਂ ਐਵੇਂ ਐਵੇਂ ਵਿੱਚ ਬੋਲੀ ਜਾਂਦਾ, ਪੈਸੇ ਆਉਣ ਡੇ, ਪਰ ਥੋੜੀ ਬਾਂਹ ਵੀ ਪੀੜ ਕਰਦੀ ਹੈ। ਦੂਜੀ ਬਾਂਹ ਫੜ ਲਾ, ਭੇਜੀ ਜਾ। ਆ ਗਈ, ਰੁਕ ਜਾ, ਇੱਥੇ ਅੜ ਗਈ ਉਹ, ਲਓ ਵੀ ਬਣ ਗਈ ਗੱਲ। ਭੇਜੀ ਜਾ, ਸਾਰੀ ਤਾਰ ਕੱਢਣੀ ਪੈਣੀ ਇੱਥੋਂ। ਉਹ ਰੁੱਕ ਭਰਾਵਾ, ਭਰਾਵਾ ਸਾਰੀ ਖਾਲੀ ਕਰਨੀ ਹੈ, ਇਹ ਸਾਰੀ ਬਾਹਰ ਭੇਜਣੀ ਪੈਣੀ ਹੈ। ਯਾਰ ਬੜਾ ਕੀ ਦੂਜੀਆਂ ਤਾਰਾਂ ਪਾਉਂਦੇ, ਰੁੱਕ ਜਾ, ਪਹੁੰਚ ਗਏ। ਹਾਏ ਕਿੱਦਾਂ ਬਣਾਈਦਾ ਵਾ, ਲੱਗੜ ਪਹੁੰਚ ਗਏ ਮਕਸੂਦਾਂ। ਤੇਰੀ ਓਏ, ਇੱਕ ਮਿੰਟ ਫਲੈਸ਼ ਜਗਾ ਲਈਏ, ਥੋੜ੍ਹੀ ਦਿੱਕਤ ਹੋ ਜਾਣੀ ਹੈ, ਇੱਕ ਮਿੰਟ ਦੁਬਾਰਾ। ਹਾਂਜੀ ਵੀ ਬਾਬਿਓ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਸ਼ੁਰੂ ਤੋਂ ਨਾ ਫਿਰ ਇੱਦਾਂ ਵੀ ਲੋਕ ਸਟਾਰਟ ਕੀਤੇ ਆ ਤਾਰ ਖਲਾਰ ਕੇ। ਹਾਂ ਫਿਰ ਮੈਂ ਫਿਰ ਯੂਜ਼ ਕਰ ਹੀ ਲਈਏ ਅੱਜ ਕਰ ਲਓ ਮੈਂ ਚਾਹੀਦਾ ਵੀ ਵਲੋਗਰ ਥੋੜ੍ਹੇ ਜਿਹੇ ਪਹੁੰਚ ਗਏ ਆ ਮੌਸਮ ਬਹੁਤ ਘੈਂਟ ਹੋਇਆ ਰਾਤਰੀ ਆ ਥੋੜ੍ਹੀ ਜਿਹੀ ਗੱਡੀਆਂ ਕਿੱਥੇ ਆ ਲਿਆਵਾਂਗੇ ਥੱਲੇ ਕਿੱਥੋਂ ਲਾ ਦਾਂਗੇ ਇੱਥੇ ਹਾਂਜੀ ਠੀਕ ਆ ਇੱਥੋਂ ਇੱਥੇ ਅੱਛਾ ਜੀ ਫਿਰ ਉਹ ਨਾ ਨਾ ਹਜੇ ਤਾਰਨੇ ਘੱਟ ਕਰਕੇ ਆਪਣੀ ਕਾਰ ਦਿਖਾ ਦੀ ਨਹੀਂ ਫਿਰ ਇੱਥੋਂ ਦੀ ਇੱਥੇ ਤੈਨੂੰ ਸਟੂਡੀਓ ਤੋਂ ਮੈਸੇਜ ਆਉਣ ਡੇ ਪਹੁੰਚੋ ਤਾਰ ਉਹ ਜ਼ਿਆਦਾ ਲੰਬੀ ਜਾਂਦੀ ਹੈ ਤੇ ਲੱਗੇ ਖਰੀਦਣ ਪੈਸਾ ਕਰੀ ਫਿਰ ਮੇਰੇ ਅਕਾਊਂਟ ਤੋਂ ਲਾਈ ਫਿਰ ਉਧਰ ਉਹ ਦੇਖੋ 80 ਸਕਿੰਟਾਂ ਦੇ ਵਿੱਚ 6 GB ਡਾਊਨਲੋਡ ਕੀਤੀ ਇਹਨੇ 80 ਸਕਿੰਟਾਂ 'ਚ ਥੋੜ੍ਹਾ ਜਿਹਾ ਤੇ ਇਹ ਇਹ ਮਤਲਬ ਤਾਂ ਫਾਇਦਾ ਹੋਇਆ ਦੱਸਣ ਡਿਆ ਕਿ ਵਾਈਫਾਈ ਤੇਜ਼ ਲੱਗਾ ਵਾ ਦੱਸ ਦੀ ਮੈਂ ਕਿਹਾ ਇੰਨੀ ਸਪੀਡ ਆਉਂਦੀ ਆ ਬਸ ਆ ਹੁਣ ਥੋੜ੍ਹੀ ਜਿਹੀ ਸਾਰੀ ਨਾਈਟ ਖੇਡਣੀ ਪੈਣੀ ਸਾਨੂੰ ਬਸ ਉਹ ਤੇ ਦੇਖ ਲੈ GB ਕਿੱਦਾਂ ਡਾਊਨਲੋਡ ਹੁੰਦੀਆਂ ਉਹਦੇ ਵਿੱਚ ਇਹੋ ਹੀ ਤੇ ਫਿਰ ਮਮਾ ਫਾਇਦਾ ਵਾ ਇਹੋ ਹੀ ਪੈਸੇ ਖਰਚੇ ਆ ਪਤਾ ਤੂੰ ਮੈਨੂੰ 5000 ਤਾਰਦਾ ਮਹੀਨੇ ਦਾ ਵਾਈਫਾਈ ਦਾ ਆਹੋ ਨਹੀਂ ਵਾਈਫਾਈ ਦਾ 5000 ਨਹੀਂ ਹੈਗਾ ਕਿੰਨਾ ਵਾ ਵਾਈਫਾਈ ਦਾ ਰੈਂਟ ਹੈਗਾ ਵਾ 2600 MBPS ਦੀ ਤੁਹਾਡੇ ਵਾਈਫਾਈ ਦੀ ਸਪੀਡ ਆ ਤੇ ਇਹ ਤੁਹਾਨੂੰ ਕਰਕੇ ਇਹਦੇ ਨਾਲ 2000 ਹੋ ਜੂਗੀ ਆਹੋ ਇਹਦੇ ਨਾਲ 3000 ਹੋ ਜੂਗੀ 3000 ਹੋ ਜੂਗੀ ਠੀਕ ਆ ਵਧਦੀ ਹੈ ਇਹਦੇ ਨਾਲ ਇੰਨੀ ਸਪੀਡ ਦਾ ਫਰਕ ਪੈ ਜਾਂਦੀ ਹੈ 3 ਈਅਰ ਦੀ ਗਰੰਟੀ ਆ 700X ਆ ਨੰਬਰ 1 ਬ੍ਰਾਂਡ ਆ ਇੰਡੀਆ ਦਾ TP ਲਿੰਕ ਸ਼ੁਰੂ ਤੋਂ ਮੰਮਾ ਕਹਿੰਦੇ ਆ ਰੀਜਨਲ ਨੰਬਰ 1 ਹੀ ਮੰਗਾਇਆ ਕਰੋ ਇਹਦਾ ਪ੍ਰਾਈਸ ਹੈਗਾ ਵਾ ਇਹ ਪਤਾ ਨਹੀਂ ਮੈਨੂੰ ਕਿੰਨੇ ਦਾ ਪਿਆ ਹੈਗਾ ਐਵੇਂ ਕਹਦੇ ਆਪਣੇ ਤੋਂ 5000 ਕਹਦੇ 5000 ਦਾ ਪਿਆ ਹਾਂਜੀ ਹਾਂਜੀ 5000 ਸਸਤਾ ਵਾ ਸਸਤਾ 15 ਦਾ ਪਿਆ ਸੀ ਆ ਲਿਖਿਆ ਰੇਟ ਥੋੜਾ ਜਿਹਾ 14000 ਦਾ ਹਾਂਜੀ ਥੋੜਾ ਜਿਹਾ 14000 ਉਹ ਫਿਰ ਇੰਸਟਾਲਿੰਗ ਵੀ ਹੋ ਗਈ ਆ 7 GB 6 ਥੋੜਾ ਜਿਹਾ ਉਹ ਚੱਲ ਪਈ ਅਪਡੇਟਡ ਥੋੜਾ ਜਿਹਾ ਖੇਡ ਲੱਗੇ ਭਾਜੀ ਨੀ GTA ਮਿਸ਼ਨ ਆਪਣੇ ਲੱਗੇ ਪਾਰ ਕਰਨਾ ਮੈਂ ਤਾਂ ਬੜੇ ਮਿਸ਼ਨ ਕੀਤੇ ਇਹਦੇ ਹੁਣ ਮੈਂ ਤੁਹਾਨੂੰ ਦੱਸਦਾ ਅਸਲੀ ਗੇਮ ਕੀ ਹੈ ਇੰਨੀ ਕੁ ਗਾਂ ਤੱਕ ਮਿਸ਼ਨ ਪਹੁੰਚਾਏ ਹੋਏ ਨਾ ਤੇਰੇ ਕੋਲ ਤਾਂ ਜਿਹੜਾ ਮਿਸ਼ਨ ਤੇ ਰੁਕੀ ਹੈ ਨਾ ਤੇਰੇ ਕੋਲ ਤਾਂ ਸਟਾਰਟ ਹੀ ਨਹੀਂ ਹੋਣੀ ਗਾ ਜਿਹੜੇ ਮਿਸ਼ਨ ਤੇ ਤੂੰ ਰੁਕਿਆ ਹੋਣਾ ਮੈਂ ਹੁਣ ਇਸ ਟਾਈਮ ਤੇਰੇ ਕੋਲ ਉਹੀ ਮਿਸ਼ਨ ਹੀ ਕਰ ਰੋਣਾ ਇੰਨੇ ਔਖੇ ਮਿਸ਼ਨ ਹੈ ਤੂੰ ਮੈਨੂੰ ਦੱਸ ਕਰਨਾ ਕੀ ਵੇਖੀ ਤੂੰ ਮਹੀ ਦੇ ਮਮਾ ਅਸਲ ਚ ਕਰ ਛੜੇ ਆ ਆਪਾਂ ਹੈਗੇ ਸੀਗੇ 40ਵੇਂ 41ਵੇਂ ਮਿਸ਼ਨ ਤੇ ਅੱਛਾ ਠੀਕ ਹੈ ਤੇ ਖਾਲਸਾ ਭਾਈ ਤਾਂ ਹੁਣ 100 ਟੱਪ ਗਿਆ ਵਾ ਉਹਨੇ ਛੱਡੀ ਨਹੀਂ ਭਾਈ ਬਾਹਰ ਭਾਜੀ ਹੁਣੀ ਫਿਰ ਭਾਜੀ ਉਹਨਾਂ ਨੂੰ ਕਹੋ ਫਿਰ ਮੈਂ ਕਰਤੀ ਆ ਸਟਾਰਟ ਅੱਜ ਫਿਰ ਮੈਂ ਪਹੁੰਚ ਜਾਣਾ 90 ਲੱਗ ਗਏ ਮੇਰੀ ਕੁੱਤਾ ਤਾਰ ਟੁੱਕ ਗਿਆ ਉੱਥੇ ਰੋ ਇਹਨੇ ਕਰ ਲੱਗਾ ਸੀ ਉਹ ਫਿਰ ਕੁੱਤੇ ਨੇ ਕਾਤ ਵਿਖਾ ਤੀ ਭਾਈ ਨੇ ਪੂਰਾ ਸ਼ਹਿਰ ਖਰੀਦ ਲਿਆ ਵਾ ਤੇ ਮੇਰੇ ਕੋਲ ਸਿਰਫ ਇੱਕ ਬਿਲਡਿੰਗ ਹੀ ਹੋਣੀ ਉਹ ਵੀ ਉਹਦਾ ਵੀ ਰੈਂਟ ਦੇਈਦਾ ਵਾ ਉਹ ਨਾ ਕਾਤ ਨਾ ਵਿਖਾ ਜੇ ਬੱਤੀ ਬੰਦ ਹੋ ਜੇ ਕਾਤ ਵਿਖਾ ਦੇ ਮੈਂ ਖੇਡਣੀ ਆ ਬਸ ਖੁੱਤੀ ਪਾਉਣੀ ਲੜਾਈ ਲੜੂਈ ਕਰਨੀ ਨਹੀਂ ਜੀ ਲੜਾਈਆਂ ਜੀ ਨਾ ਨਾ ਲੜਾਈ ਕਰਨੀ ਬਸ
ਨਿਕਲ ਜਾਣਾ ਗੱਡੀ ਲੈ ਕੇ ਜਿਹੜੀ ਆਹ ਮੈਂ ਲਾ ਕੇ ਦਿੱਤੀ ਆ ਇਹਦੇ ਵਿੱਚ ਸਾਰੇ ਬੰਦੇ ਆਫਲਾਈਨ ਆ ਜੇ ਜਿਹਨੂੰ ਮਰਜ਼ੀ ਮਾਰ ਬੰਦਾ ਤੈਨੂੰ ਕੋਈ ਮਾਰੂਗਾ ਨੀ ਫੇਰ ਕੀ ਫਾਇਦਾ ਮਤਲਬ ਆਹ ਜਿੰਨੇ ਪੁਲਿਸ ਪੁਲਿਸ ਪਾਊਗੀ ਕਿ ਨਹੀਂ ਬੜੀ ਲੱਤ ਡੰਡਿਆ ਵਾ ਤੇ ਮੈਂ ਕੈਮਰਾ ਕਰ ਨਹੀਂ ਸਕਦਾ ਆਪਣੇ ਆਪ ਨੂੰ ਮੁੰਡਾ ਗੇਮ ਖੇਡਣ ਡਿਆ ਵਧੀਆ ਲੱਗਣ ਡਿਆ ਫਿਰ ਖੁਸ਼ ਆ ਬੇਚਾਰਾ ਹਰ ਵਾਰੀ ਕਹਿੰਦਾ ਸੀ ਗੇਮ ਨੀ ਲਾ ਕੇ ਦਿੱਤੀ ਅੱਜ ਫਿਰ ਤਾਰ ਲਵਾ ਹੀ ਦਿੱਤੀ ਆਪਾਂ ਨਾਲ ਮੁੰਡਾ ਨਜ਼ਾਰੇ ਲੈਣ ਡਿਆ ਗੇਮ ਦੇ ਪੂਰਾ ਫਾਇਦਾ ਚੱਕਣ ਡਿਆ ਪਲੇ ਸਟੇਸ਼ਨ 5 ਦਾ ਮੁੰਡੇ ਨੇ ਫਿਰ ਦੱਸ ਦਈਏ ਸੱਚ ਤੇਰਾ ਨਹੀਂ ਦੱਸਣਾ ਕਿਉਂ ਯਾਰ ਉਹਨੂੰ ਤਾਂ ਬੜਾ ਟਾਈਮ ਆ ਫਿਰ ਮੁੰਡੇ ਨੇ ਫਿਰ ਚੱਲ ਜਾਣਾ ਵਾ ਕੈਨੇਡਾ ਤੁਹਾਨੂੰ ਪਤਾ ਅੱਜ ਕੱਲ੍ਹ ਸਾਰੇ ਕੈਨੇਡਾ ਹੀ ਜਾਣ ਡੇ ਮੁੰਡੇ ਨੇ ਇਹਨੇ ਵੀ ਆਈਲੈਟ ਕਰ ਲੈਣੀ ਆ ਆਈਲੈਟ ਕਰਕੇ ਜਾਣਾ ਇਹਨੇ ਵੀ ਆਈਲੈਟ ਕਰ ਲੈਣੀ ਆ ਤੇ ਫਿਰ ਚੱਲ ਜਾਣਾ ਅੱਛਾ ਖੇਡੋ ਖੇਡੋ ਬੇਟਾ ਖੇਡੋ ਮੈਂ ਨਹਾ ਕੇ ਆਉਂਦਾ ਫਿਰ ਠੀਕ ਆ ਯਾਰ ਪਾਪਾ ਨੇ ਐਵੇਂ ਕਰੀ ਨਾ ਕਿਸੇ ਨੇ ਖਾਣਾ ਕੇਕ ਹੁੰਦਾ ਵਾ ਜਿੰਨੇ ਦਾ ਵੱਡਾ ਹੋਣਾ ਉਹਨੇ ਦਾ ਹੀ ਨਿੱਕਾ ਹੀ ਆ ਬਹੁਤ ਮਹਿੰਗਾ ਕੇਕ ਆ ਕੱਟੋ ਪਾਪਾ ਰੋ ਗਿਆ ਬੀਬੀ ਨੂੰ ਆਣ ਦੇ ਬੀਬੀ ਨੂੰ ਆਣ ਚਮਚ ਵੀ ਲਿਆਈ ਨਾਲੇ ਆ ਸਾਡੇ ਪਾਪੇ ਗੁੱਸੇ ਹੋਏ ਸਾਡੇ ਤੋਂ ਜਨਮ ਦੇ ਵਾਲੇ ਦਿਨ ਹੈਪੀ ਬਰਥਡੇ ਟੂ ਯੂ ਅੱਜ ਗੁੱਸੇ ਵਾਲਾ ਬਰਥਡੇ ਮਨਾਇਆ ਜਾ ਰਿਹਾ ਹੈ ਬਰਥਡੇ ਦੇਖਿਓ ਹਾਂ ਇੱਥੇ ਦੇਖਿਆ ਲੋਕੇਸ਼ਨ ਵਧੀਆ ਵਾ ਚਲੋ ਬਹਿ ਜਾਓ ਯਾਰ ਤੁਹਾਨੂੰ ਜਗ੍ਹਾ ਭੁੱਲ ਗਈ ਆਓ ਮੰਮਾ ਕਰ ਦੋ ਉਹਦੀ ਛੱਡੀ ਵੀ ਨਹੀਂ ਹੈਗੀ ਬੜਾ ਤੂੰ ਵੀ ਬੜਾ ਤੇਜ਼ ਆ ਭਾਈ ਖੁਸ਼ੀ ਖੁਸ਼ੀ ਸੈਟਿੰਗ ਵੀ ਕਰ ਲੈਂਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਅੰਕਲ ਜੀ ਮੈਨੂੰ ਨਾ ਲਾਇਓ ਖਾਈ ਵੀ ਜਾਂਦੇ ਤਾਂ ਤੂੰ ਵੀ ਖਾ ਦੇ ਮੈਂ ਸਟੋਰੀ ਗਿਣਦਾ ਹੁੰਦਾ ਚਲੋ ਹੈਪੀ ਬਰਥਡੇ ਹੋ ਗਿਆ ਬਹੁਤ ਸੋਹਣਾ ਸੋਹਣਾ ਨੀ ਹੋਇਆ ਦੱਸੀ ਲੇਟ ਸੋਹਣਾ ਹੋਇਆ ਮੈਂ ਫੋਨ ਕੀਤਾ ਸੀ ਨਾ ਫਿਰ ਮੈਂ ਫੋਨ ਕਰਕੇ ਐਵੇਂ ਤੁਹਾਨੂੰ ਮੈਂ ਬਾਅਦ ਚ ਕਿਹਾ ਕਿ ਭਾਈ ਨੂੰ ਫੋਨ ਕਰੋ ਜਦੋਂ ਮੈਨੂੰ ਭਾਈ ਨੇ ਕਿਹਾ ਕਿ ਮੈਨੂੰ ਕਿਹਨੇ ਕੀਤੀ ਦੱਸਿਆ ਤੇ ਮੈਨੂੰ ਗਗਨ ਨੇ ਸੀਗਾ ਪਰ ਮੈਂ ਫੋਨ ਕੀਤਾ ਮੈਂ ਇੰਨਾ ਮੈਨੂੰ ਲੱਗਾ ਕਰਤਾ ਹੋਊਗਾ ਫੋਨ ਫਾਨ ਦੱਸਿਆ ਤੇ ਗਗਨ ਨੇ ਸੀ ਮੈਨੂੰ ਬਰਥਡੇ ਦਾ ਸਾਡੇ ਨਾਲੋਂ ਵੱਧ ਤਾਂ ਨੀ ਕੋਈ ਕਰਦਾ ਬਹੁਤ ਕਰਦਾ ਸਾਨੂੰ ਆਂਟੀ ਮੇਰੇ ਲਈ ਲਵਾਇਆ ਉਹ ਚ ਗਗਨ ਜੀ ਖਾ ਲੈਣ ਥੋੜਾ ਜਿਹਾ
ਉਹਨੇ ਤੇ ਖਾਓ ਤੇ ਬੈਠੀ ਆਈ ਹੈ ਤੈਨੂੰ ਦੁੱਧ ਪਿਉਂਦੇ ਆ ਜੱਗ ਭਰਿਆ ਉਹਨੂੰ ਕਹਿੰਦਾ ਵਲੋਗ ਬਣਾਈ ਇੱਥੇ ਆ ਚੱਲ ਹੁਣ ਤੂੰ ਗਗਨ ਦੇ ਰੱਖ ਚੜ੍ਹਨਾ ਗੱਲ ਵੇ ਮੇਰੀ ਹਾਈਟ ਛੋਟੀ ਐਲਮੰਡਸ ਨਹੀਂ ਹੁੰਦੇ ਮਾਮਾ ਹੋਰ ਹੀ ਕੁਛ ਹੁੰਦਾ ਓਦਾਂ ਮੈਨੂੰ ਨਹੀਂ ਆਉਂਦਾ ਆਪਣੇ ਉਹ ਤੈਨੂੰ ਸਿਖਾਉਣ ਲੱਗਾ ਮੈਨੂੰ ਆਪ ਆਉਂਦੇ ਨੀ ਪਰ ਇੰਨਾ ਪਤਾ ਐਲਮੰਡਸ ਨਹੀਂ ਹੁੰਦੇ ਆਲਮੰਡਸ ਹੁੰਦੇ ਆ ਤੋੜ ਸਿਰ ਦਾ ਚੁੱਕ ਮੋਢਿਆ ਸਿਰ ਚੁੱਕ ਉਹਨੂੰ ਉਹ ਟੀਵੀ ਟੀਵੀ ਦੇ ਨਾ ਦਵਾਓ ਕੱਪ 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 ਚੱਲ ਧਿਆਨ ਨਾ ਟੀਵੀ 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 ਨਹੀਂ ਮੇਰਾ ਬਚਾਅ ਹੋ ਗਿਆ ਸੀ ਪ੍ਰਭਾ ਜਦੋਂ ਗਾਣੂ ਹੈ ਮੇਰੇ ਤੋਂ ਮੇਰੀ ਧੋਣ ਲਾਦਾ ਲੱਗਾ ਸੀ ਮੇਰੇ ਤੇ ਬਸ ਮੁੱਕ ਗਈ ਹਾਂ ਤੂੰ ਤਾਂ ਕਹਿੰਦਾ ਹੁਣ ਲਾਈਏ ਤੇਰੇ ਕਰਕੇ ਹੋਰ ਪੰਜ ਸੱਤ ਚਲੋ ਬਸ ਕਰਦੇ ਖਤਮ ਵਲੌਗ ਓਕੇ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸਾਰੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅਗਲੇ ਵਲੌਗ ਚ ਨਹੀਂ ਅਗਲੀ ਕਲਿੱਪ ਚ ਕਲਿੱਪ ਤੂੰ ਆਪੇ ਗੱਲ ਖਤਮ ਕਰਦੇ ਵਲੌਗ ਬਾਏ ਲੰਮਾ ਨਹੀਂ ਕਹਿੰਦਾ ਬਾਏ ਚੱਲ ਲੰਮਾ ਥੱਲੇ ਬਹਿ ਤੇ ਹੋਰ ਕਿੱਥੇ ਬੈਠਾ ਵਾ ਮਿਊਜ਼ਿਕ ਵੀ ਜੀ ਸਟਾਰਟ ਕਰੋ ਵੀ ਲੈ ਕੇ ਪ੍ਰਭੂ ਕਰਦਾ ਓਏ ਤੂੰ ਥੋੜਾ ਸਿੱਧਾ ਮੁਖੜਾ ਆਇਆ ਕਰਨਾ ਤੋਂ ਟੁੱਟ ਜਣੇ ਤੇਰੀ ਪੱਕਾ ਸਾਫ ਕਰਨਾ ਵਾ ਲੱਤ ਗਈ ਆ ਲੱਤ ਗਈ ਆ ਚੱਲ ਚੱਲ ਆਜਾ ਆਜਾ ਇੱਧਰ ਹੋ ਇੱਧਰ ਹੋ ਕੋੜਾ ਉਹ ਮੈਨੂੰ ਸਾਰਾ ਕੁਝ ਸੈੱਟ ਕਰ ਲੈਣ ਦੇ ਨਾ ਓਏ ਉੱਤਰ ਜਾ ਮੇਰੀ ਟੁੱਟ ਟੁੱਟ ਕੇ ਨਹੀਂ ਉਹ ਥੁੱਤ ਮੇਰੇ ਉੱਤੇ ਨਾ ਡਿੱਗ ਜਾ ਸਾਰੋ ਨਹੀਂ ਨਹੀਂ ਇੱਧਰ ਅਸਲੀ ਖੇਡਣ ਲੱਗ ਗਏ ਯਾਰ ਮਜ਼ਾ ਆਇਆ ਸਾਰੇ ਕਮਰਾ ਸਾਫ਼ ਕੀਤਾ ਭਵੇਂ ਤੇਰੇ ਤੇ ਲੱਗਣਾ ਤੂੰ ਊਂਟ ਤੇ ਬੈਠਾ ਸਾਨੂੰ ਫਿਕਰ ਨਾ ਹੋਣ ਵਾਲੇ ਕੱਲ ਦੀ ਸਾਡੀ ਕੁੰਡਲੀ ਪਾਈਦਾ ਬਲੈਕੀ ਮੁੰਡਾ ਸ਼ੌਂਕ ਜੋ ਪਾਲੇ ਨਹੀਂ ਡੰਡੂਆ ਕੋ ਨੈਗੋਸ਼ੀਏਟ ਨਹੀਂ ਕਰਨਾ ਕਹਿੰਦਾ ਨੈਗੋਸ਼ੀਏਟ ਨਹੀਂ ਕਰਨਾ ਇੱਕ ਰਿਪੇਅਰ ਕਰੀ ਹਾਂ ਵੋ ਸਰ ਆਪਣਾ ਆਪ ਖੁਦ ਕਰ ਲਓ ਹਮ ਜ਼ਿਆਦਾ ਨੈਗੋਸ਼ੀਏਟ ਨਹੀਂ ਕਰ ਸਕਦੇ ਆਪਸੇ ਓਏ ਹਮ 30 ਲੈਤੇ ਹੈ 28 ਤੱਕ ਲਾਸਟ ਕਰ ਲੈਗੇ ਇਸ ਸੇ ਜ਼ਿਆਦਾ ਨਹੀਂ ਹੋ ਸਕਦਾ 40 ਕਹਿ ਸਾਡਾ ਖਤਮ ਹੋ ਗਿਆ ਸਾਡੇ ਮਾਲਕ ਦੇ ਖਾਤੇ ਨੀਲ ਹੋ ਗਏ ਸਾਡੇ ਮਾਲਕ ਦੇ ਖਾਤੇ ਨੀਲ ਹੋ ਗਏ ਕੋਈ ਹੋਰ ਮਾਲਕ ਹੈ ਤੇ ਦੱਸੋ ਨਹੀਂ ਮੈਨੇਜਮੈਂਟ ਕੀ ਆਇਆ ਪੈਸਾ ਆਇਆ ਪੈਸਾ ਕਿ ਨਹੀਂ ਕਹਿੰਦਾ ਗੇਮਿੰਗ ਐਪ ਵਾ ਮੈਂ ਕਿਹਾ ਕੋਈ ਗੱਲ ਨਹੀਂ ਗੇਮ ਜਿਹੜੀ ਐਪ ਮਰਜ਼ੀ ਹੋਵੇ ਪਰ ਪੈਸੇ ਠੋਕ ਕੇ ਦਿਓ ਐਪ ਐਪ ਭਾਵੇਂ ਜਿਹੜੀ ਮਰਜ਼ੀ ਹੋਵੇ ਇਹੋ ਵੀ ਓਕੇ ਹੈ ਕੰਮ ਹੋ ਗਈ ਨਾ ਓਕੇ ਕਾਫੀ ਟਾਈਮ ਬਾਅਦ ਪਿਛਲੀ 18 ਤਰੀਕ ਦੇ ਕਟਾਏ ਸੀਗੇ ਕਹਿੰਦਾ ਨਾ ਮੁੱਛਾਂ ਨਹੀਂ ਕਿਸੇ ਪਾਸੇ ਸੈੱਟ ਹੁੰਦੀਆਂ ਕਈਆਂ ਦੇਰ ਕਰਦਾ ਕਟਾ ਹੀ ਦਊਂ ਫਿਰ ਮੈਂ ਕਹੀਦਾ ਵੀ ਚਲੋ ਰਹਿਣ ਦੀ ਇੱਧਰ ਵਾਲੀ ਹੋ ਜਾਂਦੀ ਤਾਂ ਉੱਧਰ ਵਾਲੀ ਨਹੀਂ ਹੁੰਦੀ ਉੱਧਰ ਵਾਲੀ ਹੋ ਜਾਂਦੀ ਤਾਂ ਇੱਧਰ ਵਾਲੀ ਨਹੀਂ ਹੁੰਦੀ
ਮੁੰਡੇ ਚੱਲੇ ਅੱਜ ਕ੍ਰਿਕਟ ਦਾ ਮੈਚ ਖੇਡਣ ਯਮਯਮਾਂ ਦੇ ਯਾਮੇ ਦੇ ਕੱਟ ਮੋੜ 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 ਪੁੱਲ ਤੇ ਪਾਲਾ ਮੁੰਡੇ ਮੈਚ ਖੇਡਣ ਚੱਲੇ ਅੱਜ ਵੀ ਮੁੰਡੇ ਮੈਚ ਖੇਡਣ ਚੱਲੇ ਓਏ ਮੁੰਡੇ ਮੈਚ ਖੇਡਣ ਓਏ ਚੱਲਾ ਹੀ ਸ਼ੋਮਨ ਗੇ ਯਾਮੇ ਵਾਲੇ ਧੋਨੀ ਤੇ ਚੱਲੇ ਧੋਨੀ ਵਾਲੇ ਯਾਮੇ ਚੱਲੇ ਯਾਮੇ ਵਾਲੇ ਧੋਨੀ ਤੇ ਜਾਂਦੇ ਜਾਂਦੇ ਵੀਰ ਜਾਂਦੇ ਉਹ ਮੈਨੂੰ ਡੀਕਣ ਦੀ ਸਾਰੀ ਟੀਮ ਮੇਰੇ ਆਸਰੇ ਬੈਠੀ ਆ ਮੁੰਡੇ ਚੱਲੇ ਅੱਜ ਕ੍ਰਿਕਟ ਦਾ ਮੈਚ ਖੇਡਣ ਟੂਰਨਾਮੈਂਟ ਲੱਗ ਗਿਆ ਵਾ ਟੂਰਨਾਮੈਂਟ ਲੱਗ ਗਿਆ ਵਾ ਮੈਂ ਹੈਗਾ ਟੀਮ ਦਾ ਕਪਤਾਨ ਓਏ ਤਾਂ ਹੀ ਹੋਈ ਮੇਰੇ ਬਿਠਾਇਆ ਠੰਡ ਨਾ ਲੱਗ ਜੇ ਕਿਤੇ ਵਾਈਸ ਕਪਤਾਨ ਬਾਏ ਬਾਏ ਪਾਪਾ ਨੇ ਫੋਨ ਮਾਰਦਾ ਪਾਪਾ ਨੇ ਫੁੱਲੋਂ ਨਹੀਂ ਫੋਨ ਮਾਰਿਆ ਪਰ ਓਏ ਮੁੰਡੇ ਯਾਮੇ ਤੇ ਜਾ ਰਹੇ ਯਮ ਯਮ ਆਜ ਯਾਮਾ ਮੁੰਡੇ ਬਾਈ ਜਾਂਦੇ ਜਾਂਦੇ ਤੋਂ ਨਹੀਂ ਯਾਮੇ ਦੇ ਠੰਡ ਬਿਲਕੁਲ ਨਹੀਂ ਲੱਗ ਰਹੀ ਹੈ ਯਾਮੇ ਪਰ ਜਾ ਰਹੇ ਹੈ ਯੇ ਪਠਾਨਕੋਟ ਰੋਡ ਆ ਗਿਆ ਹੈ ਯੇ ਹਮਾਰੀ ਟੀਮ ਕੇ ਬੰਦੇ ਜਲਦੀ ਖਿੱਚੋ ਜਲਦੀ ਔਰ ਯਾਮੇ ਨੇ ਬੁਲਟ ਕੋ ਪੀਛੇ ਕਰਤੇ ਹੋਏ ਯਾਮਾ ਜੀਤ ਗਿਆ ਹੈ ਟੀਮ ਦਾ ਕਪਤਾਨ ਆਉਣ ਡਿਆ ਵਾ ਤੇ ਟੀਮ ਦਾ ਕਪਤਾਨ ਹੈਗਾ ਵਾ ਮੈਂ ਆਪ ਠੀਕ ਆ ਤੇ ਮੇਰੇ ਮੇਰੀ ਮੈਂ ਖਿਲਾੜੀ ਮਲਾਕਲੇ ਹੋਏ ਆ ਖਿਲਾੜੀ ਮੈਂ ਮਲਾਕਲੇ ਹੋਏ ਪਹਿਲਾਂ ਮੇਰੇ ਕੋਲ ਖਿਲਾੜੀ ਹੈਗੇ ਨੇ ਸੱਤ ਇਹ ਫੇਰ ਫਾਰਮ ਹੈ ਇੱਧਰ ਮੈਚ ਪੂਰਾ ਜ਼ੋਰਾਂ ਸ਼ੋਰ ਜਦੋਂ ਮੈਂ ਖੇਡੂੰਗਾ ਨਾ ਉਦੋਂ ਤੂੰ ਮੇਰਾ ਚੰਗੀ ਤਰ੍ਹਾਂ ਫੋਕਸ ਕਰਕੇ ਹੋਣਾ ਕਿਉਂਕਿ ਮੇਰੀਆਂ ਸਾਰੀਆਂ ਛੱਕੇ ਵੱਜਣੇ ਜਲਦੀ ਤੇ ਫੋਕਸ ਕਰਨਾ ਹੈ ਤੁਮਨੇ ਤਾਂ ਠੀਕ ਹੈ ਅਭੀ 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 ਦਿੱਕਤ ਹੈ ਥੋੜੀ ਸੀ ਵਿਰਾਟ ਕੋਹਲੀ ਤੀਜੇ ਨੰਬਰ ਤੇ ਜਾਂਦਾ ਹੁੰਦਾ ਬਸ ਠੀਕ ਹੈ ਚਲੋ 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 ਚੰਗੀ ਹੈ ਪਹਿਲਾਂ ਮੇਰਾ ਪਲਾਨ ਸੀਗਾ ਓਪਨਿੰਗ ਕਰਨ ਦਾ ਫਿਰ ਮੈਂ ਕਿਹਾ ਕਿ ਨਹੀਂ ਵਿਰਾਟ ਕੋਹਲੀ ਓਪਨਿੰਗ ਨਹੀਂ ਕਰਦਾ ਇਸ ਕਰਕੇ ਮੈਂ ਫਿਰ ਧੋਨੀ ਵੀ ਚੌਥੇ ਨੰਬਰ ਤੇ ਜਾਂਦਾ ਕੈਪਟਨ ਓਪਨਿੰਗ ਨਹੀਂ ਨਾ ਕਰਦੇ ਹੁੰਦੇ ਫਿਰ ਮੈਂ ਇਸ ਕਰਕੇ ਨਹੀਂ ਓਪਨਿੰਗ ਕਰ ਰਿਹਾ ਆ ਸ਼ਬਨਮ ਗਿੱਲ ਗਈ ਕੈਪਟਨ ਓਪਨਿੰਗ ਕਰਦਾ ਕਿ ਨਹੀਂ ਉਹ ਕੈਪਟਨ ਤਾਂ ਮੈਂ ਸ਼ਬਨਮ ਗਿੱਲ ਚਲੋ ਮੈਂ ਕੈਪਟਨ ਨੇ ਸ਼ਗਿਰਦਾਂ ਨੂੰ ਮੌਕਾ ਦੇ ਰਿਹਾ ਹੋਰ ਹੋਰ ਕੈਪਟਨ ਕਦੀ ਖੇਡਦਾ ਵੇਖਿਆ ਉਹ ਕੋਚ 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 ਕਦੀ ਖੇਡਦਾ ਵੇਖਿਆ ਸਾਰਾ ਕੈਪਟਨ ਹੈ ਮੈਂ ਕੋਚ ਥੋਂਦਾ ਬਈ ਬੰਦੇ ਲੱਗੇ ਹੋਏ ਲੈਣ ਸਿਰ ਉਹ ਲੈ ਇਦਾਂ ਦੀਆਂ ਬੋਲਾਂ ਕਰਾਉਣੀਆਂ ਸੀ ਫਿਰ ਤਾਂ ਮੈਂ ਐਂਡ ਕਰਾ ਦੇਣੀ ਸੀ ਉਹ ਜਾ ਯਾਰ ਰੁਕ ਜਾ ਅਗਲੀ ਵਾਰੀ ਮੇਰੀ ਅਗਲੀ ਵਾਟੀ ਮੇਰੀ ਆ ਰੁਕ ਜਾ ਇਹਨੂੰ ਕਾ ਤੇਜ਼ ਮਾਰ ਉਹ ਤੇਜ਼ ਮਾਰ ਤੂੰ ਆਊਟ ਹੋ ਬਸ ਆ ਸੌਖਾ ਹੀ ਬੜਾ ਵਾ ਉਹ ਆ ਤਾਂ ਸੌਖਾ ਹੀ ਬੜਾ ਮੈਂ ਖੇਡਦਾ ਵਾਂ ਅੱਛਾ ਚਾਰ ਬੱਲਾ ਸੱਤ ਸਕੋਰ ਰੁਕ ਜਾ ਰੁਕ 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 ਤੇਰਾ ਪਰ ਰਨ ਕੋਈ ਵੀ ਨਹੀਂ ਯਾਰ ਇਹਦਾ ਖਿੱਚ ਕੇ ਰੱਖ ਕੋਈ ਨੀ ਓਵਰ ਅੱਠ ਹੈਗੇ ਆ ਸਕੋਰ ਬਣ ਗਿਆ ਸੱਤ ਪਹਿਲੇ ਓਵਰ ਸਕੋਰ ਬੜਾ ਵਾ ਬਾਜਾ ਬਾਜਾ ਬੈਟ ਤੇ ਲੱਗੀ ਤੇ ਓਵਰ ਹੋ ਗਿਆ ਚਲੋ ਜਾ ਚਲੋ ਆ ਗਿਆ ਇੱਧਰ ਇੱਕ ਓਵਰ ਸੱਤ ਸਕੋਰ
ਭੱਜ ਕੇ ਚੌਕਾ ਯਾਰ ਛੋਟਾ ਤੇਰਾ ਬਹੁਤ ਸੋਹਣਾ ਮੇਰਾ ਭਰਾ ਬਹੁਤ ਸੋਹਣਾ ਸ਼ਾਬਾਸ਼ 11 ਹੋ ਗਏ ਮਾਮਾ ਸਕੋਰ ਬਹੁਤ ਘੱਟ ਬਣੇ ਜੇ ਘੱਟੋ ਘੱਟ 40-45 ਕਰ ਦੋ ਆਹ ਦੇਖ ਇੱਥੇ ਦੱਸਿਆ ਵਾ ਫੋਨ ਹੀ ਮੁੰਡੇ ਫੜਾਤੇ ਮੈਨੂੰ ਕਿਹਦਾ ਫੋਨ ਆਏ ਚੋਕਰ ਨਾ ਹੋਵੇ ਬਾਅਦ ਫਿਰ ਤੇਰੀ ਵਾਰੀ ਉਧਰ 2 ਬੋਲਾਂ 15 ਇਹ ਵੀ ਯਾਦ ਰੱਖਿਓ ਫਿਰ ਤੋਂ ਬਾਅਦ ਇੱਧਰ ਆਉਣਾ ਪੈਣਾ 2 ਬੋਲਾਂ 15 ਛੱਕਾ ਮਾਰ ਛੋੜਾ ਓਏ ਤੇਰਾ ਛੋੜਿਆ ਜੀ 19-19 ਸ਼ਾਬਾਸ਼ ਛੋੜਿਆ ਤੇਰਾ ਜੀ ਯਾਰ ਬਸ ਬਸ ਛੋੜਾ ਚੌਕਾ 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 ਠੱਪਾ ਪੈ ਗਿਆ 19 ਹੋ ਗਿਆ ਭਾਜੀ 3 ਬੋਲਾਂ ਕੀ ਕਹਿਣ ਦਿਆਂ ਤੂੰ ਕੀ ਕਹਿਣ ਦਿਆਂ ਮੈਂ ਕਿਹਾ ਸਾਰਾ ਓਵਰ ਖੇਡ 3 ਬੋਲਾਂ ਇਹਨੂੰ ਪਤਾ ਓਵਰ ਤੋਂ ਬਾਅਦ ਇੱਧਰ ਆਉਣਾ ਪੈਣਾ ਵਾਈਡ ਵਾਈਡ ਅਗਲੀ ਵਾਰੀ ਦੇ ਵਿੱਚ ਮੈਂ ਇਹਨਾਂ ਨੂੰ ਕੁਛ ਕਰਕੇ ਦਿਖਾਉਂਗਾ ਪੱਕਾ ਹੁਣ ਮੈਂ ਚੜਿਆ ਬੈਟਿੰਗ ਦੇ ਅਗਲੀ ਵਾਰੀ ਮੈਂ ਓਪਨਿੰਗ ਕਰੂੰਗਾ ਨਾ ਫਿਰ ਯਾਰ ਇਹੋ ਜਿਹੀਆਂ ਬੋਲਾਂ ਮੈਨੂੰ ਆਈਆਂ ਹੀ ਨਹੀਂ ਆ ਉਹ ਇਦਾਂ ਦੀ ਬੋਲ ਤਾਂ ਬੰਦਾ ਆਊਟ ਹੁੰਦਾ ਹੀ ਮੈਨ ਆਫ ਦਾ ਮੈਚ ਤੂੰ ਹੀ ਆ ਹੁਣ ਮਾਰ ਮਾਰ ਸ਼ਾਬਾਸ਼ ਯਾਰ ਫਿਲਟਰ ਨਹੀਂ ਮਾਰੇ ਯਾਰ ਕੀ ਕਰੀ ਜਾਂਦੇ ਲੋਵੀ ਮੈਂ ਵੀ ਆਊਟ ਹੁੰਦਾ ਹੋਇਆ ਤੇ ਮੈਂ ਵੀ ਆਊਟ ਹੁੰਦਾ ਹੋਇਆ ਹਜੇ ਤਾਂ ਗਰਮ ਹੀ ਹੋਏ ਨਾ ਪਤਾ ਕਰਕੇ ਅਗਲੀ ਵਾਰੀ 'ਚ ਦੱਸਾਂਗੇ ਹਾਂਜੀ ਫੜ ਲਓ ਕੋਈ ਬੈਟ ਭਾਜੀ ਆਪਣਾ ਬੈਟ ਲਿਆ ਹਰੇ ਰੰਗ ਦਾ ਲੋਵੀ ਗਰਾਊਂਡ ਦੇ ਨਾਲ ਦਾ ਬੈਟ ਇਹ ਪਹਿਲੀ ਬੋਲ 'ਤੇ ਛੱਕਾ ਇਹ ਚੌਕਾ ਆਊਟ ਆਊਟ ਹੋ ਗਿਆ ਬਚ ਗਿਆ ਚੌਕਾ ਹੋ ਗਿਆ ਸ਼ਾਬਾਸ਼ ਸ਼ਾਬਾਸ਼ ਓਏ ਗਗਨ ਜੀ ਵਾਹ ਲੋਈ ਬੋਲ ਨੂੰ ਆਪਾਂ ਇਸ ਟਾਈਮ ਥੋੜਾ ਰਫ ਕਰਦੇ ਹੋਏ ਚਲੀਏ ਓਏ ਬਾਹਰ ਮੈਨੂੰ ਕਵਰ ਕਰੀ ਹੋਰ ਮੇਰੇ ਵੱਲ ਨੂੰ ਨਾ ਆ ਜੇ ਬੋਲ ਕਵਰ ਕਰੀ ਮੈਨੂੰ ਥੋੜਾ ਇੱਧਰ ਆਇਆ ਕ੍ਰਿਸ਼ ਚੱਲ ਚੱਲ ਕਰਾ ਦੇ ਨਹੀਂ ਵੀਰ ਜੀ ਭਾਜੀ ਆ ਕੀ ਗੱਲ ਹੋ ਗਈ ਆ ਮੇਰੀ ਗੱਲ ਸੁਣ ਫੋਨ ਛੱਡ ਦੋ ਪੰਜ ਚਾਰ ਪੰਜ
ਚਾਰ ਬੋਲਾ ਚਾਰ ਪੰਜ ਪੰਜ ਫੜ ਕੇ ਛੁੱਟ ਦੇ ਛੁੱਟ ਦੇ ਓਵਰ ਛੇ ਛੇ ਹਲੋ ਲਾਸਟ ਇਨਿੰਗ ਰਹਿ ਗਈ ਆ ਤੇ ਸੰਦੀਪ ਸਿੰਘ ਵੀ ਆ ਗਏ ਆ ਗਗਨ ਜੀ ਪੂਰੇ ਦੋਵਾਂ ਦੀ ਜੋੜੀ ਆ ਚੁੱਕੀ ਆ ਭਾਈ ਸਕੋਰ ਕਿੰਨਾ ਵਾ ਗਗਨ ਔਰ ਗਗਨ ਟੈਸਟ ਵੀ ਕਿੱਦਾਂ ਕਰਦਾ ਬਾਈ ਲੈ 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 ਬੋਲਰ ਭਾਈ ਵੀ ਤਿਆਰ ਆ ਆਪਣੇ ਉਹ ਦੋ ਬੋਲਾਂ ਚਾਵਾ 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 ਮਾਨ ਆ ਸਾਰੇ ਆਡੀਅੰਸ ਨੂੰ ਦਿੱਤੇ ਅੰਦਰ ਅੰਦਰ ਬਹੁਤ ਵਧੀਆ ਕੋਈ ਨੀ ਕੋਈ ਨੀ ਉਹ ਤਾਂ ਹਰਾ ਹੀ ਜਾਣਾ ਆਪਾਂ ਕਿਹੜੀ ਨੋ ਭਰਾਵਾ ਫਿਕਰ ਵਿਕਟਾਂ ਤੇ ਨੋ ਨੀ ਹੁੰਦੀ ਨੋ ਬੈਰ ਤੇ ਵੱਜ ਗਈ ਨੋ ਥੋੜੀ ਹੁੰਦੀ ਆਵੇ ਰੋਂਦੀ ਵੀ ਪਿੰਡਦਾ ਉਹ ਭਰਾਵਾ ਨੋ ਨੀ ਹੁੰਦੀ ਤੂੰ ਦੇ ਦੇ ਫਿਰ ਕੀ ਆ ਚੱਲ ਇੱਧਰ ਰੋਣਾ ਪਿਆ ਉਹ ਛੱਕਾ ਨਹੀਂ ਨਾ ਵੱਜਾ ਮੈਂ ਮਾਰਦਾ ਓਏ ਓਏ ਬੋਲਰ ਆ ਓਏ ਬੋਲਰ ਆ ਬਟਾਲੇ ਹੈ ਸਵਾ ਆਈਏ ਤੁੱਕੇ ਲੱਗਣ ਦੇ ਜਿੱਦਾਂ ਮੇਰੇ ਲੱਗਣ ਦੇ ਬੋਲਰ ਮੈਨੂੰ ਲੱਗਦਾ ਇਹ ਬਟਾਲੇ ਖੇਲਦਾ ਆ ਲੱਗਦਾ ਉਹ ਨਹੀਂ ਨਹੀਂ ਹੈਗਾ ਤੂੰ ਮੰਨ ਨਾ ਮੰਨ ਮੈਂ ਭਾਈ ਸ਼ਾਬਾ ਸ਼ਾਬਾ ਬਸ ਇੱਦਾਂ ਹੀ ਇੱਦਾਂ ਚਲੋ ਜੀ ਮੈਨੂੰ ਲਾਹ ਤਾਏ ਨੇ ਸਾਬੀ ਨੇ ਆ ਮੈਂ ਬਣਾ ਦਿੰਦਾ ਬੋਲਿੰਗ ਤਾਂ ਤੇਰੀ ਦੇਖ ਲਈ ਬੈਟਿੰਗ ਵੀ ਦੇਖ ਲੈਂਦੇ ਹਾਂ ਉਹ ਬੈਟ ਹੀ ਛੱਡਤਾ ਸਾਲ ਭਜੋ ਭਜੋ ਉਹ ਵੀ ਮੁੰਡੇ ਟੂਰਨਾਮੈਂਟ ਖੇਡ ਕੇ ਘਰੇ ਆ ਗਏ ਆ ਤਿੰਨ ਮੈਚ ਲੱਗੇ ਉੱਥੇ ਤੇ ਬਹੁਤ ਹੀ ਸ਼ਰਮਸਾਰ ਹਾਰ ਹੋਈ ਸਾਡੀ ਉੱਥੇ ਤਿੰਨ ਮੈਚ ਦੇ ਤਿੰਨ ਮੈਚ ਆਪਾਂ ਹਾਰ ਗਏ ਠੀਕ ਹੈ
ਇੱਕ ਵੀ ਨਹੀਂ ਜਿੱਤੇ ਵੀਰ, ਠੀਕ ਆ। ਤਿੰਨ ਦੇ ਤਿੰਨ ਮੈਚ ਆਪਾਂ ਹਾਰ ਗਏ, ਇੱਕ ਵੀ ਮੈਚ ਨਹੀਂ ਆਪਾਂ ਜਿੱਤੇ। ਤਾਂ ਅੱਜ ਫਸਟ ਟਾਈਮ ਸੀ, ਅੱਜ ਨਾ ਮਤਲਬ ਥੋੜ੍ਹਾ ਜਿਹਾ ਆਪਣਾ ਵਾਰਮ ਅਪ ਜਿਹਾ ਹੀ ਸੀਗਾ। ਫਸਟ ਟਾਈਮ ਲੂਜ਼ਰ ਫੀਲ ਹੋ ਗਿਆ। ਮਮਾ ਕਹਿੰਦੇ ਆ ਕਿ ਪਹਿਲਾਂ ਨਾ ਹਾਰ ਕੇ ਆਈਦਾ ਹੁੰਦਾ, ਕਿਉਂਕਿ ਹਾਰ ਕੇ ਜਿੱਤਣ ਵਾਲੇ ਕੋਈ ਬਾਜੀਗਰ ਕਹਾ ਜਾਂਦਾ, ਠੀਕ ਆ। ਮਮਾ ਨੇ ਸ਼ੁਰੂ ਤੋਂ ਕਿਹਾ ਪਹਿਲਾਂ ਹਾਰਨਾ ਵਾ ਫਿਰ ਜਿੱਤੀਦਾ ਵਾ, ਅਗਲਿਆਂ ਨੂੰ ਪਤਾ ਹੀ ਨਾ ਹੋਵੇ ਕਿ ਇਹ ਜਿੱਤ ਵੀ ਸਕਦਾ। ਹੁਣ ਕੱਲ੍ਹ ਨੂੰ ਜਦੋਂ ਆਪਾਂ ਜਾਣਾ ਨਾ, ਉਹਨਾਂ ਨੂੰ ਹੋਣਾ ਇਹਨਾਂ ਨੇ ਹਾਰ ਹੀ ਜਾਣਾ। ਪਰ ਕੱਲ੍ਹ ਛੱਕੇ ਦੇ ਛੱਕੇ, ਮੈਂ ਦੋ ਛੱਕੇ ਤੇ ਦੋ ਚੌਕੇ ਮਾਰੇ, ਬੜੀ ਤਗੜੀ ਗੱਲ ਕਹਿ ਦਿੱਤੀ ਪਰ, ਠੀਕ ਆ। ਤੇ ਕਿੰਨੀਆਂ ਵਿਕਟਾਂ ਲਈਆਂ ਇਹ ਵੀ ਦੱਸ ਦੇ ਯਾਰ। ਆਪਾਂ ਸੱਤ ਵਿਕਟਾਂ ਤੇ ਲਈਆਂ, ਸੱਤ ਵਿਕਟਾਂ ਮੈਂ ਲਈਆਂ ਤੇ ਚਾਰ ਨਹੀਂ ਦੋ ਚੌਕੇ ਤੇ ਦੋ ਛੱਕੇ ਮੈਂ ਮਾਰੇ, ਮਤਲਬ ਮੈਨ ਆਫ ਦਾ ਮੈਚ ਮੈਂ ਹੀ ਸੀ ਪਰ ਜਿੱਤੇ ਨਹੀਂ, ਠੀਕ ਆ। ਪਲੇਅਰ ਥੋੜੇ ਮਾਰਾ ਕਰ ਗਏ, ਨਹੀਂ ਤੇ ਜਿੱਤੇ। ਫਿਲਟਰ ਮਾੜੇ ਸੀ ਸਾਡੇ, ਜਿੱਦਾਂ ਕਿ ਆ ਫਿਲਟਰ ਮਾੜੇ ਸੀ ਸਾਡੇ, ਪਰ ਫਿਰ ਵੀ ਕੱਲ ਨੂੰ ਜਿੱਤਾਂਗੇ ਪੱਕਾ, ਕੱਲ ਨੂੰ ਜਿੱਤਾਂਗੇ। ਕਰ ਹਰ ਮੈਦਾਨ ਜੀਤੇਂਗੇ ਜ਼ਰੂਰ, ਜੀਤੇਂਗੇ ਜ਼ਰੂਰ। ਕੱਲ ਕੋ ਪੱਕਾ ਹਮ ਕੁਛ ਕਰਕੇ ਆਏਗੇ। ਅੱਜ ਥੋੜੀ ਸੀ ਦਿੱਕਤ ਥੀ, ਕਿਉਂਕਿ ਅੱਜ ਕੋ ਆਜ ਹਮ ਕੋ ਗਰਾਊਂਡ ਕੀ ਪਿਚ ਕਾ ਇਤਨਾ ਹਿਸਾਬ ਕਿਤਾਬ ਨਹੀਂ ਥਾ, ਔਰ ਹਮ ਗਿਰਨੇ ਵੀ ਵਾਲੇ। ਕੱਲ ਕੋ ਹਮ ਅਬ ਹਮ ਕੋ ਪਿਚ ਕਾ ਹਿਸਾਬ ਕਿਤਾਬ ਆ ਗਿਆ ਹੈ ਪੂਰਾ ਪ੍ਰੋਪਰ। ਅਬ ਕੱਲ ਕੋ ਹਮ ਜੀਤ ਰਹੇ ਹਾਂ, ਮੈਂ ਬੈਠ ਖੜੇਂਗੇ ਕੱਲ। ਕੱਲ ਕੋ ਮੈਂ ਗੈਰੀ ਦੀ ਲੈ ਕੇ ਆਉਂਗੀ। ਹਾਂ ਕੱਲ ਮੈਂ ਲੈ ਕੇ ਆਣੀ ਚਾਹੀਏ। ਕੱਲ ਕੋ ਆਪਣਾ ਬੈਟ ਲੈ ਕੇ ਜਾਏਂਗੇ ਔਰ ਛੱਕੇ ਮਾਰੇਂਗੇ। ਚਲੋ ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ। ਉਨ ਕੋ ਹਰਾਏਂਗੇ ਕੱਲ, ਦੇਖ ਰਹੇ ਹੋ ਤਾਂ ਦੇਖ ਲਓ। ਐਦਾਂ ਹੀ ਚੇਅਰ ਅਪ ਕਰਦੇ ਰਹੋ ਸਾਨੂੰ, ਬਾਏ ਬਾਏ। ਕੈਮਰਾ ਹੀ ਕਮਾਤਾ ਜੀ, ਫਿੱਟੇ ਮੂੰਹ। ਚਲੋ ਬਾਏ ਬਾਏ। ਇਹੀ ਤਾਂ ਮੇਰੀ ਐਕਸਰਸਾਈਜ਼, ਉਹ ਲੱਤ ਨਾ ਤੋੜਦੀ। ਉਹ ਭਰਾਵਾ ਤੂੰ ਸਿੱਧੀ ਰੱਖ ਨਾ, ਤੂੰ ਮੋੜਨ ਡਿਆ ਨਾ। ਹਾਂ ਚੱਲ, ਜਦ ਜ਼ਿਆਦਾ ਦਰਦ ਹੋਵੇ ਦੱਸਦੀ। ਜ਼ਿਆਦਾ ਦਰਦ ਹੋਏ ਨਾ ਤਾਂ ਵੀ ਕਹੀ ਜਾ, ਹੋਏ ਨਹੀਂ ਤਾਂ ਵੀ ਕਹੀ ਜਾ। ਜਦੋਂ ਮੈਂ ਸ਼ੁਰੂ ਕਰੂੰਗਾ ਉਦੋਂ। ਅੱਛਾ ਜੀ, ਪਹਿਲੇ ਹੀ ਨਹੀਂ, ਮੇਰੀ ਸੈਟਿੰਗ ਨਹੀਂ ਹੈਗੀ, ਤੁਹਾਨੂੰ ਲੱਗਣ ਡਿਆ ਮੇਰੀ ਸੈਟਿੰਗ। ਪਹਿਲੇ ਕਰੀ ਜਾਂਦਾ ਵਾ। ਚਲੋ ਚਲੋ ਚਲੋ, ਜ਼ਿਆਦਾ ਜ਼ਿਆਦਾ ਦਰਦ ਮੈਂ ਸ਼ੁਰੂ ਨਹੀਂ ਕੀਤਾ। ਚੱਲ ਫਿਰ ਚੱਲ, ਮੈਂ ਇਦਾਂ ਨਾ ਸਿਰ ਨੂੰ ਕੰਨ ਨਾਲ ਲਾਵਾਂ ਨਹੀਂ। ਚੱਲ 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 ਚੱਲ, ਓਵਰ ਦਰਦ ਆਪੇ ਆਵਾਜ਼ ਨਿਕਲੇ ਤੇਰੇ ਅੰਦਰੋਂ ਹੀ। ਹਾਂ ਤੇ ਦੱਸੂਗਾ ਹੀ ਫਿਰ ਜਦੋਂ ਹੋਊਗੀ। ਨਹੀਂ ਨਹੀਂ ਉਦਾਂ ਮੈਂ ਲੈ ਕਿੱਥੇ, ਤੂੰ ਹੌਲੀ ਹੌਲੀ ਕਿਉਂ ਲੱਗਾ? ਤੁਸੀਂ ਬੜੇ ਸਵਾਦ ਲੈ ਕੇ ਵੇਖਣ ਡੇ ਕੀ ਗੱਲ। ਕਪਤਾਨ ਤੋਂ ਬਗੈਰ ਤੁਹਾਡਾ ਸਰਨਾ ਨਹੀਂ ਹੈ ਪਰ ਉਹਨੇ ਤੀਰ ਮਾਰਨੇ ਉਹਦੇ ਉੱਥੋਂ ਪਾੜਨੇ ਦੋਵੇਂ ਜਾਣੇ ਨੇ ਚੱਕ ਹੋਣ ਮਰੇ। ਚਾਰ ਦਿਨ ਹੋ ਗਏ ਇੱਥੇ ਆਏ ਨੂੰ, ਭਾਜੀ ਹੁਣਾਂ ਨੇ ਗੇਮ ਨਹੀਂ ਬੰਦ ਕੀਤੀ ਉਦੋਂ ਦੀ। ਗੋਡ ਆਫ ਵਾਰ ਦੇ ਕਿੰਨੇ ਕੁ ਮਿਸ਼ਨ ਕਰ ਲਏ? ਮੈਂ ਖਤਮ ਕਰ ਗਿਆ, ਤੇਰੇ ਕੋ ਹੋਣੀ ਨਹੀਂ, ਮੈਂ ਕਰ ਦਿੰਦਾ ਕੋਈ ਨਹੀਂ। ਘੱਟੋ ਘੱਟ 20-25 ਮਿਸ਼ਨ ਕਰ ਚੁੱਕਾ ਹੈ ਮੁੰਡਾ, ਨਹੀਂ ਵੱਧ ਖੇਡੀ ਜਾਣ ਡਿਆ। ਵੱਧ ਕਰਤੇ 50-60 ਉਹਦਾ ਖੇਡੀ ਜਾਣ ਡਿਆ, ਖੇਡੀ ਜਾਣ ਡਿਆ। ਮੇਰੀ ਵੀ ਘਰ ਪਈ, ਮੈਂ ਆਪਣੇ ਕਰ ਲਏ ਕੰਪਲੀਟ, ਤੇ ਮੈਂ ਤੇਰੀ ਵੀ ਕਰ ਦਿਆਂ ਫਿਰ। ਅੱਛਾ ਤੇਰੇ ਕੋ ਵੀ ਹੈਗੀ ਆ? ਅੱਛਾ ਚੱਲ ਦਿਖਾ ਸਹੀ ਦੀ ਸ਼ਕਲ ਤੇ ਦਿਖਾ ਮਾੜਾ ਕੈਮਰਾ ਦਿਖਾ। ਲਓ ਵੀ ਇਹ ਗੋਡ ਆਫ ਵਾਰ ਹੈਗੀ ਆ, ਗੋਡ ਆਫ ਵਾਰ ਰੈਗਨੋਰ। ਇਹ ਉਹ ਪਰਲਾ ਦਾ ਮੁੰਡਾ ਵਾ ਬੇਟਾ ਉਹਦਾ, ਤੇ ਪਾਪਾ ਉਹਨਾਂ ਦੇ, ਉਹਦਾ ਚਾਚਾ ਵਾ, ਉਹਦਾ ਚਾਚਾ ਵਾ। ਤੇ ਬੜੀ ਘੈਂਟ ਗੇਮ ਆ ਇਹ, ਹੈਗੀ ਗੋਡ ਆਫ ਵਾਰ ਰੈਗਨੋਰਕ। ਇਹਦੇ ਵਿੱਚ ਨਾ, ਚਲੋ ਛੱਡੋ ਪਰੇ, ਇਹ ਥੋਰ ਦੇ ਨਾਲ ਲੜਦਾ ਵਾ। ਥੋਰ ਓਡਿਨ, ਜਿਹਨੇ ਅਵੇਂਜਰ ਦੇਖੀ ਉਹਨਾਂ ਨੂੰ ਪਤਾ ਹੋਣਾ ਥੋਰ ਓਡਿਨ, ਐਸਗਾਰਡ, ਮਿਡਗਾਰਡ ਕਿਹੜੀਆਂ ਥਾਵਾਂ ਨੇ, ਠੀਕ ਆ। ਤੇ ਬਾਕੀ ਚਲੋ ਛੱਡੋ, ਮੁੰਡਾ ਪੂਰਾ ਚਾਅ ਪੂਰਾ ਕੀਤਾ। ਸੋ ਇਸ ਵਲੋਗ ਦੀ ਕਰਦੇ ਹਾਂ ਆਪਾਂ ਇੱਥੇ ਐਂਡਿੰਗ। ਇਹ ਵਲੋਗ ਹੈਗਾ ਆਪਣੇ ਸਾਲ ਦਾ 2023 ਦਾ ਅਖੀਰਲਾ ਵਲੋਗ ਸੀਗਾ। ਵਲੋਗ ਥੋੜ੍ਹਾ ਜਿਹਾ ਵੱਡਾ ਵਾ, ਮੈਂ ਆਪ ਵੀ ਵੱਡਾ ਕਰਕੇ ਬਣਾਤਾ ਮੈਂ ਕਿਹਾ, ਕਿਉਂਕਿ ਅੱਜ ਹੈਗੀ ਆ 15 ਤਰੀਕ, ਲਾਸਟ ਵਲੋਗ ਇਸ ਸਾਲ ਦਾ। ਇਸ ਤੋਂ ਬਾਅਦ ਆਪਾਂ ਅੱਗੇ ਵਲੋਗਿੰਗ ਨਹੀਂ ਕਰਨੀ, ਹੁਣ ਸੋਸ਼ਲ ਮੀਡੀਆ ਆਪਣਾ ਬੰਦ ਹੀ ਰਹੇਗਾ। ਬਸ ਜਿਹੜੇ ਕਰਨੀ ਸੀ ਸਾਲ ਦੀ ਵਲੋਗਿੰਗ ਆਪਾਂ ਕਰ ਲਈ, ਹੁਣ ਸ਼ਹੀਦੀ ਦਿਨ ਆਏ ਨੇ ਆ, ਆਪਾਂ ਫਿਰ ਵਲੋਗਿੰਗ ਨਹੀਂ ਕਰਨੀ। ਅਤੇ ਸ਼ਹੀਦੀ ਦਿਨਾਂ ਦੇ ਵਿੱਚ ਅਸੀਂ ਸ਼ਹੀਦਾਂ ਸਾਹਿਬ ਚੁਪਹਿਰਾ ਕੱਟਣ ਵੀ ਜਾਣਾ, ਉਦੋਂ ਆਪਾਂ 2-2-3-3 ਦਿਨਾਂ ਬਾਅਦ ਜਾਇਆ ਕਰਨਾ। ਅਤੇ ਕਿਉਂਕਿ ਪਹਿਲਾਂ ਤਾਂ ਪਿਛਲੇ ਸਾਲ ਤਾਂ ਆਪਾਂ ਨਹੀਂ ਸੀ ਜਾਂਦੇ, ਹੁਣ ਜਾਣਾ ਸ਼ੁਰੂ ਕੀਤਾ ਤਾਂ ਆਪਾਂ ਕਿਹਾ ਸ਼ਹੀਦੀ ਦਿਨਾਂ 'ਚ।
ਜ਼ਰੂਰ ਜਾਇਆ ਕਰਾਂਗੇ ਆਪਾਂ ਸ਼ਹੀਦਾਂ ਸਾਹਿਬ 'ਚ ਪਹਿਰਾ ਕੱਟਣ, ਅਤੇ ਤੁਸੀਂ ਸਾਰੇ ਵੀ ਜਾਇਆ ਕਰੋ। ਜਦੋਂ ਵੀ ਤੁਸੀਂ ਇਕੱਲੇ ਫੀਲ ਕਰਦੇ ਆ ਜਾਂ ਤੁਹਾਡਾ ਕੋਈ ਕੰਮ ਨਹੀਂ ਬਣਦਾ ਤਾਂ ਜ਼ਰੂਰ ਜਾਇਆ ਕਰੋ। ਮੈਂ ਤੁਹਾਨੂੰ ਪਹਿਲਾਂ ਵੀ ਕਈ ਵਲੋਗਾਂ 'ਚ ਦੱਸਿਆ, ਸੋ ਇਹ ਆਪਣੇ ਵਲੋਗ ਆਪਣੇ ਸਾਲ ਦਾ ਲਾਸਟ ਵਲੋਗ, ਤੁਹਾਨੂੰ ਵਧੀਆ ਲੱਗਾ ਅਤੇ ਚੈਨਲ ਨੂੰ ਜ਼ਰੂਰ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੋਗ ਕਿੱਦਾਂ ਲੱਗਾ। ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਈਅਰ, ਹੈਪੀ ਗੁਰਪੁਰਬ, ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤੀਆਂ ਬਹੁਤੀਆਂ ਮੁਬਾਰਕਾਂ। ਜਿਨ੍ਹਾਂ ਦਾ ਨਵਾਂ ਸਾਲ ਚੰਗਾ ਸੀ, ਮਾੜਾ ਸੀ ਜਾਂ ਜਿੱਦਾਂ ਦਾ ਵੀ ਸੀਗਾ, ਰੱਬ ਕਰੇ ਤੁਹਾਡਾ 2024 ਬਹੁਤ ਸਾਰੀਆਂ ਖੁਸ਼ੀਆਂ ਦੇ ਨਾਲ ਆਵੇ। ਸਾ ਜਿਨ੍ਹਾਂ ਦਾ ਵਿਆਹ ਨਹੀਂ ਹੋਣ ਡਿਆ ਮੇਰੇ ਤਾਂ ਸਾਬੀ ਹਰ ਗਿਆ, ਉਹਨਾਂ ਦਾ ਵਿਆਹ ਹੋ ਜਾਵੇ। ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਣ ਡਿਆ ਮੇਰੇ ਤਾਂ ਸਾਬੀ ਹਰ ਗਿਆ, ਉਹਨਾਂ ਦਾ ਵੀਜ਼ਾ ਲੱਗ ਜਾਵੇ। ਜਿਨ੍ਹਾਂ ਦਾ ਕੋਈ ਰੁਕਿਆ ਕੰਮ ਨਹੀਂ ਬਣਨ ਡਿਆ ਮੇਰੇ ਤਾਂ ਸਾਬੀ ਵਾਂਗੂ ਉਹਨਾਂ ਦੇ ਉਹ ਕੰਮ ਬਣ ਜਾਣ। ਬਸ ਇਹੀ ਅਰਦਾਸ ਕਰਦੇ ਹਾਂ ਸਾਰਿਆਂ ਅੱਗੇ ਕਿ ਸਰਬੱਤ ਦਾ ਭਲਾ ਰਹੇ, ਸਾਰੇ ਜਣੇ ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਖੇਡਦੇ ਰਹੋ, ਆਪਣੀ ਵਲੋਗਿੰਗ ਨੂੰ ਪਿਆਰ ਕਰਦੇ ਰਹੋ। ਇੱਦਾਂ ਹੀ ਆਪਾਂ ਤੁਹਾਡੇ ਵਾਸਤੇ ਹੁਣ 1-2-3 ਜਨਵਰੀ ਦੇ ਵਿੱਚ ਵਿੱਚ ਨਵੇਂ ਸਾਲ 'ਤੇ ਕੋਈ ਵਲੋਗ ਲੈ ਕੇ ਆਵਾਂਗੇ, ਉਹਨੂੰ ਪਿਆਰ ਦਿਓ। ਕੋਸ਼ਿਸ਼ ਕਰਾਂਗੇ ਕੋਈ ਬਣਾਵਾਂਗੇ ਵਧੀਆ ਕੰਟੈਂਟ, ਹਾਸੇ ਵਾਲਾ ਕੁਛ ਤਾਂ ਬਣਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਫਨੀ ਬਣਾਈਏ, ਜਿੱਦਾਂ ਨੱਤੀਆਂ ਵਾਲਾ ਬਣਾਇਆ ਸੀ ਨਾ, ਇੱਦਾਂ ਦਾ ਕੋਈ ਵਲੋਗ ਬਣਾਵਾਂਗੇ, ਪ੍ਰੈਂਕ ਕਰਾਂਗੇ ਕੋਈ, ਤੁਹਾਨੂੰ ਖੁਸ਼ ਕਰਾਂਗੇ। ਇੱਦਾਂ ਹੀ ਲੱਕ ਤਪੜਾ ਪੱਕ ਤੱਕ ਦਾ, ਠੀਕ ਹੈ, ਪ੍ਰੈਂਕ ਕਰੀ ਮੈਨੂੰ ਆਈਫੋਨ ਦੇ ਦੀ, ਪ੍ਰੈਂਕ ਹੀ ਆਏ। ਅਤੇ ਬਾਕੀ ਚਲੋ ਮਿਲਦੇ ਹਾਂ ਨਵੇਂ ਵਲੋਗ 'ਚ, ਨਵੇਂ ਸਾਲ 'ਚ, ਨਵੇਂ ਨਵੀਆਂ ਚੀਜ਼ਾਂ ਦੇ ਨਾਲ। ਸੋ ਬਾਏ ਬਾਏ, ਟੇਕ ਕੇਅਰ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਮੈਂਟ ਜ਼ਰੂਰ ਕਰ ਦਿਓ। ਬਾਏ ਬਾਏ, ਟੇਕ ਕੇਅਰ।